ਇਸ ਤੋਂ ਬਾਅਦ ਮਿੰਟੂ ਜੀ ਪੱਦਰ ਨੂੰ ਚੱਲ ਗਏ ਜੇ ਰਾਂ ਯੂਕੇ ਨੂੰ ਤਾਂ ਉੱਧਰ ਵੀ ਦੱਸਦੇ ਕੈਬਨਿਟ ਦੇ ਵਿੱਚ ਫੇਰ ਬਦਲ ਹੋਇਆ ਤਾਂ ਉਹ ਵੀ ਖਾਸੀ ਚਰਚਾ ਚੱਲ ਰਹੀ ਹੈ ਉੱਧਰ ਕਿਨੇ ਕਿ ਰੀਸ਼ੀ ਸੁਨਾਕ ਨੇ ਜੋ ਫੇਰ ਬਦਲ ਕੀਤਾ ਉਹ ਕਹਿੰਨੇ ਕਿ ਭਾਰਤੀ ਮੂਲ ਦੇ ਤੇ ਕਿੰਨੇ ਕਿ ਭਾਰਤੀਆਂ ਨੂੰ ਨਹੀਂ ਉੱਥੇ ਰੱਖ ਰਹੇ ਕਹਿੰਨੇ ਕਿ ਆਪਦੇ ਮੰਤਰੀ ਮੰਡਲ ਦੇ ਵਿੱਚ ਇੱਕ ਬੀਬੀ ਦਾ ਨਾਮ ਸੋਹਿਲ ਸੋਹਿਲ ਬਰੇਵਰਮੈਨ ਹਾਂਜੀ ਤਾਂ ਉਹਨਾਂ ਨੂੰ ਤਾਂ ਬਾਹਰ ਕੱਢ ਦਿੱਤਾ ਉਹਨਾਂ ਦੀ ਚਰਚਾ ਵੈਸੇ ਜ਼ਿਆਦਾ ਹੋ ਰਹੀ ਹੈ ਸੋਹਿਲ ਬਰੇਵਰਮੈਨ ਬਾਹਰ ਕੱਢੀ ਆ ਤਾਂ ਡੇਵਿਡ ਕੈਮਰਨ ਜਿਹੜੇ ਆਏ ਆ ਵਾਪਸ ਉਹਦੀ ਕੀ ਚਰਚਾ ਥੋੜੀ ਹੈ ਦ ਕਿ ਮੰਨ ਲਓ ਕੱਲ ਨੂੰ ਮਾਨ ਸਾਹਿਬ ਸਾਬਕਾ ਹੋ ਜਾਂਦੇ ਮੁੱਖ ਮੰਤਰੀ ਜੀ ਤੇ ਇਹਨਾਂ ਨੂੰ ਜੇ ਸਤੋਜ ਵਾਲੇ ਕਹਿਣ ਕਿ ਆਜੋ ਮਹਾਰਾਜਾ ਪਿੰਡ ਦੇ ਸਰਪੰਚ ਹੀ ਬਣ ਜਾਓ ਕੀ ਬਣ ਜਾਣਗੇ ਮੋਦੀ ਸਾਹਿਬ ਨੂੰ ਕੋਈ ਕਹਦੇ ਬਾਅਦ ਚ ਚਲੋ ਮੋਦੀ ਸਾਹਿਬ ਤੁਸੀਂ ਹੁਣ ਪ੍ਰਧਾਨ ਮੰਤਰੀ ਤੇ ਨਹੀਂ ਰਹੇ ਜੀ ਕਿ ਆਜੋ ਮਤਲਬ ਕਿ ਸਾਡੀ ਕੈਬਨਿਟ ਦੇ ਵਿੱਚ ਕਿਤੇ ਯਾਰ ਛੋਟੇ-ਮੋਟੇ ਵਜ਼ੀਰ ਜਾਂ ਰਾਜ ਸਭਾ ਚ ਭੇਜ ਦਿੰਨੇ ਜੀ ਇਨਕਾ ਨਾ ਹੱਥ ਜੋੜੇ ਬਸ ਦੇਸ਼ ਦੀ ਸੇਵਾ ਕਰ ਲਈ ਹੈ ਬਸ ਸਾਡੇ ਇੱਥੇ ਨਹੀਂ ਇਹ ਟ੍ਰੈਂਡ ਹੈਗਾ ਇਹ ਦੇਖੋ ਤੁਸੀਂ ਜੀ ਕੈਮਰਨ ਨੂੰ ਕਾਲ ਕੀਤੀ ਕਿ ਕੈਮਰਨ ਪ੍ਰਧਾਨ ਮੰਤਰੀ ਵਧੀਆ ਰਿਹਾ ਹੈ ਜੀ ਯੂਕੇ ਚ ਜੀ ਪੁੱਛ ਕੇ ਦੇਖ ਲਿਓ ਕਿਸੇ ਨੂੰ ਉਹ ਤਾਂ ਬ੍ਰੈਗਜ਼ਿਟ ਚ ਫਸ ਗਿਆ ਜਦੋਂ ਬ੍ਰੈਗਜ਼ਿਟ ਦੀ ਬਾਹੀ ਆਈ ਬ੍ਰੈਗਜ਼ਿਟ ਇਹ ਚਾਹੁੰਦਾ ਨਹੀਂ ਸੀਗਾ ਜੀ ਉੱਥੇ ਫਸ ਗਿਆ ਕਸੂਤਾ ਤੇਨੇ ਕਿਹਾ ਸੀਗਾ ਕਿ ਰੈਫਰੈਂਡਮ ਜੇ ਬ੍ਰੈਗਜ਼ਿਟ ਜਿੱਤ ਗਿਆ ਤੇ ਭਾਈ ਮੈਂ ਪ੍ਰਧਾਨ ਮੰਤਰੀ ਨਹੀਂ ਰਹੂੰਗਾ ਜੀ ਸਕਾਟਲੈਂਡ ਵਾਲਾ ਰੈਫਰੈਂਡਮ ਇਹੇ ਕਾਰਜਕਾਲੀ ਜਿੱਤਿਆ ਸੀਗਾ ਜੀ ਸਕਾਟਿਸ਼ ਲੋਕਾਂ ਨੇ ਜਿਹੜਾ ਕਿਹਾ ਸੀਗਾ ਕਿ ਅਸੀਂ ਇਹਨਾਂ ਦਾ ਹੀ 파ਟ ਰਹਿਣਾ ਚਾਹੁੰਦੇ ਆ ਜੀ ਸੋ ਮੈਨੂੰ ਤੇ ਉਹ ਚਰਚਾ ਜ਼ਿਆਦਾ ਪਸੰਦ ਆ ਤੇ ਵੇਖ ਲਓ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਜੀ ਉਹਨੂੰ ਮੌਜੂਦਾ ਪ੍ਰਧਾਨ ਮੰਤਰੀ ਨੇ ਸੀਟੀ ਮਾਰੀ ਕਿ ਆ ਜੀ ਤੇਰੀ ਲੋੜ ਆ ਤੇ ਉਹ ਆ ਗਿਆ ਤੇ ਜੈ ਸ਼ੰਕਰ ਦੇ ਨਾਲ ਤਸਵੀਰਾਂ ਵੀ ਵਾਇਰਲ ਹੋ ਗਈਆਂ ਨੇ ਨਾਲ ਦੀ ਨਾਲ ਜੀ ਹੁਣ ਗੱਲ ਇਹ ਆ ਕਿ ਉਹ ਜਿਹੜੀ ਬੀਬੀ ਸੁਹੇਲਾ ਹੈ ਉਹਦਾ ਵੈਸੇ ਤੇ ਪਹਿਲਾਂ ਵੀ ਇੱਕ ਦੋ ਵਾਰੀ ਬਿਆਨ ਜੀ ਉਹ ਪਾਕਿਸਤਾਨ ਵਿਰੋਧੀ ਵੀ ਬਿਆਨ ਦਿੱਤਾ ਸੀ ਉਹਨੇ ਇੱਕ ਵਾਰੀ ਜੀ ਉਹ ਵੀ ਜਿਹੜੇ ਕੁਝ ਪਾਕਿਸਤਾਨੀ ਮੂਲ ਦੇ ਨੇਦਰ ਬ੍ਰਿਟਿਸ਼ ਜੀ ਬ੍ਰਿਟਿਸ਼ਰ ਕਿ ਭਈ ਉਹ ਗਰੂਮਿੰਗ ਗਰੂਮਿੰਗ ਮਤਲਬ ਕਿ ਤੁਸੀਂ ਸਮਝਦੇ ਨਾ ਗਰੂ ਜਦਾਂ ਇੱਕ ਬੱਚਿਆਂ ਨੂੰ ਅਲੜ ਬੱਚਿਆਂ ਨੂੰ ਨਸ਼ੇ ਚ ਪਾ ਕੇ ਤੇ ਵਰਤਨਾ ਇਹ ਸਾਰੀਆਂ ਚੀਜ਼ਾਂ ਉੱਥੇ ਫੜੇ ਵੀ ਬਹੁਤ ਸੀਗੇ ਬੰਦੇ ਜੀ ਤੇ ਇਸ ਤਰ੍ਹਾਂ ਉਹਨੇ ਇੰਡੀਅਨ ਜਿਹੜੇ ਮਾਈਗ੍ਰੈਂਟ ਹੈ ਉਹਨਾਂ ਤੇ ਵੀ ਸਟੇਟਮੈਂਟਾਂ ਦਿੱਤੀਆਂ ਪਰ ਜਿਹੜਾ ਤਾਜ਼ਾ ਤਰੀਨ ਮਾਮਲਾ ਸੀ ਉਹ ਸੀਗਾ ਇੱਕ ਲੇਖ ਲਿਖਿਆ ਉਸ ਬੀਬੀ ਨੇ মেট্রোপਲੀਟਨ ਪੁਲਿਸ ਹੈ ਨਾ ਜਿਹੜੀ ਲੰਡਨ ਦੀ ਉਹਦੇ ਤੇ ਸਵਾਲ ਚੁੱਕੇ ਸੀ ਉਹਦਾ ਕਹਿਣਾ ਇਹ ਸੀਗਾ ਕਿ ਜਿਹੜੇ ਤੇ ਪ੍ਰੋ ਇਜ਼ਰਾਈਲੀ ਪ੍ਰੋਟੈਸਟਰ ਨੇ ਉਹਨਾਂ ਦੇ ਖਿਲਾਫ ਸਖਤੀ ਜ਼ਿਆਦਾ ਕੀਤੀ ਗਈ ਆ ਤਾਂ ਫਿਲਸਤੀਨੀਆਂ ਦੇ ਪੱਖੀ ਜਿਹੜੇ ਉਹਨਾਂ ਨੂੰ ਤੁਸੀਂ ਨਰਮਾਈ ਕੀਤੀ ਆ ਜੀ ਤੇ ਇੱਕ ਦੋ ਗੱਲਾਂ ਹੋਰ ਲਿਖ ਦਿੱਤੀਆਂ ਕਿ ਜਿਹੜੇ ਪ੍ਰੋਟੈਸਟਰ ਆ ਜੀ ਇਹ ਨਫਰਤੀ ਰੰਗ ਚ ਰੰਗੇ ਹੋਏ ਆ ਮਤਲਬ ਕਿ ਇਸ ਤਰ੍ਹਾਂ ਉਹ ਜਿਹੜਾ ਲੇਖ ਸੀ ਬੜਾ ਵਿਵਾਦਤ ਬਣ ਗਿਆ ਜਿਹੜੀਆਂ ਉੱਤੇ ਦੋ ਪਾਰਟੀਆਂ ਨੇ ਮੇਨ ਜੀ ਲੇਬਰ ਤੇ ਕਨਜ਼ਰਵੇਟਿਵ ਦੋਨਾਂ ਹੀ ਪਾਰਟੀਆਂ ਦੇ ਆਗੂਆਂ ਨੇ ਉਸ ਲੇਖ ਨੂੰ ਲੈ ਕੇ ਬਹੁਤ ਜ਼ਿਆਦਾ ਨਿਸ਼ਾਨੇ ਗੱਸੀਸ ਗਏ ਤਾਂ ਫਿਰ ਬਦਲ ਕੋਈ ਬਚਦਾ ਨਹੀਂ ਸੀਗਾ ਬੀਬੀ ਸੁਹਿਲਾ ਨੂੰ ਜਾਣਾ ਪਿਆ ਉਹਦੀ ਥਾਂ ਤੇ ਇੱਕ ਬੀਬੀ ਹੋਰ ਆ ਗਈ ਆ ਤੇ ਜਿਹੜਾ ਵਿਦੇਸ਼ ਮੰਤਰੀ ਦਾ ਉਦ੍ਹਾ ਸੀਗਾ ਉਹ ਦੇ ਦਿੱਤਾ ਗਿਆ ਡੇਵਿਡ ਕੈਮਰੂਨ ਨੂੰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹੇ ਆ 10 ਤੋਂ 16 ਤੱਕ ਰਹੇ ਸ਼ਾਇਦ 10 ਤੋਂ 16 ਤੱਕ ਜੀ 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 ਤਾਂ ਇਸ ਤੋਂ ਬਾਅਦ ਮੈਂ ਜਰਾ ਇਧਰੋਂ ਇੱਕ ਦੋ ਕਮੈਂਟ ਦੇਖ ਲੈਣਾ ਜੀ ਤਾਂ ਇਧਰੋਂ ਰਿਸ਼ਪਾਲ ਜੀ ਆ ਇਹ ਕਹਿੰਦੇ ਕਿ ਜੀ ਇਸ ਤੋਂਮਰ ਹੈ ਜਿਹੜੇ ਕਹਿੰਦੇ ਕਿ ਐਸ ਤੋਂਮਰ ਕਹਿੰਦੇ ਰੇਸ ਦੇ ਵਿੱਚ ਆ ਸੀਐਮ ਸ਼ਿਪ ਦੀ ਕਹਿੰਦੇ ਕਿ ਬਈ ਕੈਂਡੀਡੇਟ ਹੈ ਕਹਿੰਦੇ ਕਿ ਪੋਸੀਬਲ ਨਹੀਂ ਨਹੀਂ ਮਿੰਟੋ ਜੀ ਮੈਨੂੰ ਤਾਂ ਨਹੀਂ ਹਾਂ ਚਿਹਰਾ ਤਾਂ ਉਹ ਦੇਖੋ ਉੱਥੇ ਸ਼ਿਵਰਾਜ ਸਿੰਘ ਚੋਹਾਂ ਦਾ ਹੀ ਆ ਜੀ ਬਾਕੀ ਜਿੱਤ ਜਾਣ ਤਾਂ ਪਤਾ ਨਹੀਂ ਕਿਉਂਕਿ ਸ਼ਿਵਰਾਜ ਸਿੰਘ ਚੋਹਾਨ ਨੂੰ ਤਾਂ ਰਿਪਲੇਸ ਦੇਖੋ ਭਾਜ ਆਰਐਸਐਸ ਹੈ ਨਾ ਜਿਹੜੀ ਜ਼ੋਰ ਆਰਐਸਐਸ ਸਿਰਫ ਤੇ ਸਿਰਫ ਇਹ ਦੇਖਦੀ ਆ ਕਿ ਕੌਣ ਕੰਮ ਆ ਰਿਹਾ ਜੀ ਜਿਹੜਾ ਕੰਮ ਨਹੀਂ ਆਉਣ ਵਾਲਾ ਅੱਗੇ ਜਾ ਕੇ ਉਹਨੂੰ ਸਾਈਡ ਲਾਈਨ ਤੁਸੀਂ ਕਿੰਨੇ ਮੁਰਲੀ ਮਨੋਰ ਜੋਸ਼ੀ ਤੋਂ ਲੈ ਕੇ ਤੁਸੀਂ ਕਿੰਨੇ ਲੀਡਰ ਦੇਖ ਲਓ ਇਹਨਾਂ ਦੇ ਅਡਵਾਨੀ ਅੱਛਾ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੱਕ ਪਹੁੰਚਾਇਆ ਕਿਸ ਨੇ ਅਡਵਾਨੀ ਨੇ ਤੇ ਅੱਜਕੱਲ ਕਿੱਥੇ ਅੜਵਾਨੀ ਨਾਲ ਬਗਾਨੀ ਹੋ ਗਈ ਤੁਸੀਂ ਸੋਚ ਕੇ ਵੇਖੋ ਨਾ ਜੀ ਉਹ ਇੱਥੇ ਇਹੀ ਆ ਸਾਰਾ ਕੁਝ ਆਰਐਸਐਸ ਦੀ ਦੁਨੀਆ ਬੜੀ ਇੱਕ ਕਹਿ ਲੋ ਕਿ ਮਾਇਆ ਹੈ ਉਹਨੂੰ ਸਮਝਣਾ ਹਰੀ ਸਾਰੀ ਦੇ ਵਸਦਾ ਰੋਗ ਨਹੀਂ ਆਪਣੀਆਂ ਬਾਹਾਂਾਂ ਖੜੀਆਂ ਹੋ ਜਾਂਦੀਆਂ ਬਹੁਤ ਤਗੜੀ ਮਾਇਆ ਹੋ ਬਜ਼ੁਰ ਜੀ 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 ਤਾਂ ਹੀ ਦਰੋ ਕੁਲਦੀਪ ਸਿੰਘ ਘਰੇਵਾਲ ਜੀ ਕਹਿੰਦੇ ਜੀ ਕੱਲ ਨੂੰ ਸੈਮੀ ਫਾਈਨਲ ਆ ਜੀ हां कोई गल नहीं भाई सेमीफाइनल ਦਾ ਤੱਪਾ ਦੇਖੋ ਖੇਡਣ ਵਾਲਿਆਂ ਖੇਡਣਾਉਣਾ ਹੀ ਤੇ ਸਾਨੂੰ ਤੇ ਸੱਦਨੋ ਰਹੇ ਹੋ ਆਂ ਤੇ ਇੱਥੇ ਬੈਠੇ ਹੋਣਾ ਜੀ ਤੇ ਤੁਸੀਂ ਆ ਜਿਓ ਨਾਲ ਟੀਵੀ ਲਾ ਲਿਓ ਇਧਰ ਵੀ ਰੌਣਕ ਬਣੀ ਰਹੂ ਤੇ ਉਧਰ ਵੀ ਚੱਲਦਾ ਰਹੂ ਕੰਮ ਨਾਲ ਨਾਲ ਅਪਡੇਟ ਕਰੀ ਛਿਓ ਜੀ हां जी <laughs> हां नाल, जी हां जी ਜੀ ਜੀ ਤਾਂ ਇਧਰੋਂ ਮਿੰਟੂ ਜੀ ਆਪਾਂ ਜਰਾ ਮਾਰੀਏ ਬ੍ਰੇਕਾਂ ਕਿਉਂਕਿ ਫਿਰ ਕੱਲ सेमीफाइनल ਦੇ ਨਾਲ ਹੀ ਆਵਾਂਗੇ ਆਪਾਂ ਮੈਨ ਲੱਗਦਾ ਵੀ ਉਧਰੋਂ सेमीफाइनल ਉਹ ਦੋਨੋਂ ਚੱਲ ਪੈਣਾ ਕੰਮ ਪਟਾਕੇ ਪੈਣੇ ਸ਼ੁਰੂ ਹੋ ਜਾਣਗੇ ਉਸ ਤੋਂ ਪਹਿਲਾਂ ਬਿਲਕੁਲ ਜੀ ਜੀ ਉਹ ਦੋਨੋਂ ਤੇ ਥੋੜਾ ਥੋੜਾ ਪਤਾ ਲੱਗ ਜਾਏਗਾ ਕਿ ਕੀ ਬਣਦਾ ਜੀ ਕੋਣ ਕਿੰਨੇ ਕੁ ਪਾਣੀ ਚ ਹਾਂ ਕਿਉਂਕਿ ਦੇਖੋ ਲੀਗ ਰਿਕਾਰਡ ਚ ਦੇਖੋਗੇ ਇੰਡੀਆ ਦਾ ਬੈਸਟ ਹੈ ਤਕਰੀਬਨ 80% ਤੋਂ ਵੱਧ ਮੈਚ ਜਿੱਤ ਜਾਂਦੇ ਆਈਸੀਸੀ ਟੂਰਨਾਮੈਂਟ ਚ ਜੀ ਪਰ ਜਦੋਂ ਤੁਸੀਂ ਨਾਕਆਊਟ ਚ ਦੇਖੋਗੇ ਇਹਨਾਂ ਨੂੰ ਤਾਂ 88 84% ਮੈਚ ਹਾਰ ਜਾਂਦੇ ਨਾਕਆਊਟ ਦਾ ਇਹ ਆ ਪਿਛਲੇ 8-10 ਸਾਲ ਤੋਂ ਜ਼ਿਆਦਾ ਰਿਕਾਰਡ ਖਰਾਬ ਹੋਇਆ ਇਹਨਾਂ ਦਾ ਜੀ ਟੀਮ ਬਹੁਤ ਅੱਛੀ ਆ ਨਾਕਆਊਟ ਸਟੇਜ ਤੇ ਜਾ ਕੇ ਕਿਤੇ ਨਾ ਕਿਤੇ ਹੰਬਲੇ ਜੇ ਪੈ ਜਾਂਦੇ ਆ ਬਾਕੀ ਵੇਖੋ ਇੰਡੀਅਨ ਮਾਹੌਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਨੌਬਤ ਆਏਗੀ ਚਲੋ ਪਾਰੀ ਹੋਣਗੇ ਬੇੜੇ ਬੈਸਟ ਵਿਸ਼ੇਸ ਜੀ ਤੇ ਜੀ ਸ਼ੁਕਰੀਆ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਉਧਰ ਨੂੰ ਚੱਲੀਏ ਜੇ ਰਾਂ ਯੂਕੇ ਨੂੰ ਤਾਂ ਉਧਰ ਵੀ ਦੱਸਦੇ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਤਾਂ ਉਹ ਵੀ ਖਾਸੀ ਚਰਚਾ ਚੱਲ ਰਹੀ ਹੈ ਉਧਰ ਕਿਨੇ ਕਹੇ ਰੀਸ਼ੀ ਸੁਣਾਕ ਨੇ ਜੋ ਫੇਰ ਬਦਲ ਕੀਤਾ ਉਹ ਕਹਿੰਨੇ ਕਿ ਭਾਈ ਭਾਰਤੀ ਮੂਲ ਦੇ ਤੇ ਕਹਿੰਨੇ ਕਿ ਭਾਰਤੀਆਂ ਨੂੰ ਨਹੀਂ ਉੱਥੇ ਰੱਖ ਰਏ ਕਹਿੰਨੇ ਕਿ ਆਪਦੇ ਮੰਤਰੀ ਮੰਡਲ ਦੇ ਵਿੱਚ ਇੱਕ ਬੀਬੀ ਦਾ ਨਾਮ ਸੁਹੇਲ ਸੁਹੇਲ ਬਰੇਵਰਮੈਨ ਹਾਂਜੀ ਤਾਂ ਉਹਨਾਂ ਨੂੰ ਤਾਂ ਬਾਹਰ ਕੱਢ ਦਿੱਤਾ ਉਹਨਾਂ ਦੀ ਚਰਚਾ ਵੈਸੇ ਜ਼ਿਆਦਾ ਹੋ ਰਹੀ ਹੈ ਸੁਹੇਲ ਬਰੇਵਰਮੈਨ ਬਾਹਰ ਕੱਢੀ ਆ ਤਾਂ ਡੇਵਿਡ ਕੈਮਰਨ ਜਿਹੜੇ ਆਏ ਆ ਵਾਪਸ ਉਹਦੀ ਕੀ ਚਰਚਾ ਥੋੜੀ ਹੈ ਦੁਨੀਆ ਭਰ ਚ ਕਿ ਮੰਨ ਲਓ ਕੱਲ ਨੂੰ ਮਾਨ ਸਾਹਿਬ ਸਾਬਕਾ ਹੋ ਜਾਂਦੇ ਮੁੱਖ ਮੰਤਰੀ ਤੇ ਇਹਨਾਂ ਨੂੰ ਜੇ ਸਤੌਜ ਵਾਲੇ ਕਹਿਣ ਕਿ ਆ ਜਾਓ ਮਹਾਰਾਜ ਪਿੰਡ ਦੇ ਸਰਪੰਚ ਹੀ ਬਣ ਜਾਓ ਕੀ ਬਣ ਜਾਣਗੇ ਮੋਦੀ ਸਾਹਿਬ ਨੂੰ ਕੋਈ ਕਹ ਦੇ ਬਾਅਦ ਚ ਚਲੋ ਮੋਦੀ ਸਾਹਿਬ ਤੁਸੀਂ ਹੁਣ ਪ੍ਰਧਾਨ ਮੰਤਰੀ ਤੇ ਨਹੀਂ ਰਹੇ ਜੀ ਕਿ ਆ ਜੋ ਮਤਲਬ ਕਿ ਸਾਡੀ ਕੈਬਨਿਟ ਦੇ ਵਿੱਚ ਕਿਤੇ ਯਾਰ ਛੋਟੇ ਮੋਟੇ ਵਜ਼ੀਰ ਜਾਂ ਰਾਜ ਸਭਾ ਚ ਭੇਜ ਦਿੰਨੇ ਜੀ ਇਹਨਾਂ ਕਹਣਾ ਹੱਥ ਜੋੜੇ ਬਸ ਦੇਸ਼ ਦੀ ਸੇਵਾ ਕਰ ਲਈ ਹੈ ਬਸ ਆਪੇ ਠੀਕ ਹੈ ਗੱਲ ਸਾਡੇ ਇੱਥੇ ਨਹੀਂ ਇਹ ਟ੍ਰੈਂਡ ਹੈਗਾ ਇਹ ਦੇਖੋ ਤੁਸੀਂ ਜੀ ਕੈਮਰਨ ਨੂੰ ਕਾਲ ਕੀਤੀ ਕਿ ਕੈਮਰਨ ਪ੍ਰਧਾਨ ਮੰਤਰੀ ਵਧੀਆ ਰਿਹਾ ਹੈ ਜੀ ਯੂਕੇ ਚ ਜੀ ਪੁੱਛ ਕੇ ਦੇਖ ਲਿਓ ਕਿਸੇ ਨੂੰ ਉਹ ਤਾਂ ਬ੍ਰੈਗਜ਼ਿਟ ਵਿੱਚ ਫਸ ਗਿਆ ਜਦੋਂ ਬ੍ਰੈਗਜ਼ਿਟ ਦੀ ਬਾਹਰੀ ਆਈ ਬ੍ਰੈਗਜ਼ਿਟ ਇਹ ਚਾਹੁੰਦਾ ਨਹੀਂ ਸੀਗਾ ਜੀ ਉੱਥੇ ਫਸ ਗਿਆ ਕਸੂਤਾ ਤੇ ਨੇ ਕਿਹਾ ਸੀਗਾ ਕਿ ਰੈਫਰੈਂਡਮ ਜੇ ਬ੍ਰੈਗਜ਼ਿਟ ਜਿੱਤ ਗਿਆ ਤੇ ਭਾਈ ਮੈਂ ਪ੍ਰਧਾਨ ਮੰਤਰੀ ਨਹੀਂ ਰਹੂੰਗਾ ਜੀ ਸਕਾਟਲੈਂਡ ਵਾਲਾ ਰੈਫਰੈਂਡਮ ਇਹਦੀ ਕਾਰਜਕਾਲੀਟੀ ਜਿੱਤਿਆ ਸੀਗਾ ਜੀ ਸਕਾਟਿਸ਼ ਲੋਕਾਂ ਨੇ ਜਿਹੜਾ ਕਿਹਾ ਸੀਗਾ ਕਿ ਅਸੀਂ ਇਹਨਾਂ ਦਾ ਹੀ ਪਾਰਟ ਰਹਿਣਾ ਚਾਹੁੰਦੇ ਆ ਜੀ ਸੋ ਮੈਨੂੰ ਤੇ ਉਹ ਚਰਚਾ ਜ਼ਿਆਦਾ ਪਸੰਦ ਆ ਤੇ ਵੇਖ ਲਓ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਜੀ ਉਹਨੂੰ ਮੌਜੂਦਾ ਪ੍ਰਧਾਨ ਮੰਤਰੀ ਨੇ ਸੀਟੀ ਮਾਰੀ ਕਿ ਆ ਜੀ ਤੇਰੀ ਲੋੜ ਆ ਤੇ ਆ ਗਿਆ ਤੇ ਜੈ ਸ਼ੰਕਰ ਦੇ ਨਾਲ ਤਸਵੀਰਾਂ ਵੀ ਵਾਇਰਲ ਹੋ ਗਈਆਂ ਨੇ ਨਾਲ ਦੀ ਨਾਲ ਜੀ ਹੁਣ ਗੱਲ ਇਹ ਆ ਕਿ ਉਹ ਜਿਹੜੀ ਬੀਬੀ ਸੁਹੇਲਾ ਹੈ ਉਹਦਾ ਵੈਸੇ ਤੇ ਪਹਿਲਾਂ ਵੀ ਇੱਕ ਦੋ ਵਾਰੀ ਬਿਆਨ ਉਹ ਪਾਕਿਸਤਾਨ ਵਿਰੋਧੀ ਵੀ ਬਿਆਨ ਦਿੱਤਾ ਸੀ ਉਹਨੇ ਇੱਕ ਵਾਰੀ ਜੀ ਉਹ ਵੀ ਜਿਹੜੇ ਕੁਝ ਪਾਕਿਸਤਾਨੀ ਮੂਲ ਦੇ ਨੇਦਰ ਬ੍ਰਿਟਿਸ਼ ਜੀ ਬ੍ਰਿਟਿਸ਼ਰ ਕਿ ਭਈ ਉਹ ਗਰੂਮਿੰਗ ਗਰੂਮਿੰਗ ਮਤਲਬ ਕਿ ਤੁਸੀਂ ਸਮਝਦੇ ਨਾ ਗਰੂਮ ਜਦਾ ਲੱਕ ਬੱਚਿਆਂ ਨੂੰ ਲੜ ਬੱਚਿਆਂ ਨੂੰ ਨਸ਼ੇ ਚ ਪਾ ਕੇ ਤੇ ਵਰਤਨਾ ਇਹ ਸਾਰੀਆਂ ਚੀਜ਼ਾਂ ਉੱਥੇ ਫੜੇ ਵੀ ਬਹੁਤ ਸੀਗੇ ਬੰਦੇ ਜੀ ਤੇ ਇਸ ਤਰ੍ਹਾਂ ਉਹਨੇ ਇੰਡੀਅਨ ਜਿਹੜੇ ਮਾਈਗ੍ਰੈਂਟ ਹੈ ਉਹਨਾਂ ਤੇ ਵੀ ਸਟੇਟਮੈਂਟਾਂ ਦਿੱਤੀਆਂ ਪਰ ਜਿਹੜਾ ਤਾਜ਼ਾ ਤਰੀਨ ਮਾਮਲਾ ਸੀ ਉਹ ਸੀਗਾ ਇੱਕ ਲੇਖ ਲਿਖਿਆ ਉਸ ਬੀਬੀ ਨੇ মেট্রੋਪੋਲੀਟਨ ਪੁਲਿਸ ਹੈ ਨਾ ਜਿਹੜੀ ਲੰਡਨ ਦੀ ਉਹਦੇ ਤੇ ਸਵਾਲ ਚੁੱਕੇ ਸੀ ਉਹਦਾ ਕਹਿਣਾ ਇਹ ਸੀਗਾ ਕਿ ਜਿਹੜੇ ਤੇ ਪ੍ਰੋ ਇਜ਼ਰਾਈਲੀ ਪ੍ਰੋਟੈਸਟਰ ਨੇ ਉਹਨਾਂ ਦੇ ਖਿਲਾਫ ਸਖਤੀ ਜ਼ਿਆਦਾ ਕੀਤੀ ਗਈ ਆ ਤਾਂ ਫਿਲਸਤੀਨੀਆਂ ਦੇ ਪੱਖੀ ਜਿਹੜੇ ਉਹਨਾਂ ਨੂੰ ਤੁਸੀਂ ਨਰਮਾਈ ਕੀਤੀ ਆ ਜੀ ਤੇ ਇੱਕ ਦੋ ਗੱਲਾਂ ਹੋਰ ਲਿਖ ਦਿੱਤੀਆਂ ਕਿ ਜਿਹੜੇ ਪ੍ਰੋਟੈਸਟਰ ਆ ਜੀ ਇਹ ਨਫਰਤੀ ਰੰਗ ਚ ਰੰਗੇ ਹੋਏ ਆ ਮਤਲਬ ਕਿ ਇਸ ਤਰ੍ਹਾਂ ਉਹ ਜਿਹੜਾ ਲੇਖ ਸੀ ਬੜਾ ਵਿਵਾਦਤ ਬਣ ਗਿਆ ਜਿਹੜੀਆਂ ਉੱਤੇ ਦੋ ਪਾਰਟੀਆਂ ਨੇ ਮੇਨ ਜੀ ਲੇਬਰ ਤੇ ਕਨਜ਼ਰਵੇਟਿਵ ਦੋਨਾਂ ਹੀ ਪਾਰਟੀਆਂ ਦੇ ਆਗੂਆਂ ਨੇ ਉਸ ਲੇਖ ਨੂੰ ਲੈ ਕੇ ਬਹੁਤ ਜ਼ਿਆਦਾ ਨਿਸ਼ਾਨੇ ਗੱッセ ਸਗੇ ਤਾਂ ਫਿਰ ਬਦਲ ਕੋਈ ਬਚਦਾ ਨਹੀਂ ਸੀਗਾ ਬੀਬੀ ਸੁਹਿਲਾ ਨੂੰ ਜਾਣਾ ਪਿਆ ਉਹਦੀ ਥਾਂ ਤੇ ਇੱਕ ਬੀਬੀ ਹੋਰ ਆ ਗਈ ਆ ਤੇ ਜਿਹੜਾ ਵਿਦੇਸ਼ ਮੰਤਰੀ ਦਾ ਉਦ੍ਹਾ ਸੀਗਾ ਉਹ ਦੇ ਦਿੱਤਾ ਗਿਆ ਡੇਵਿਡ ਕੈਮਰਨ ਨੂੰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹੇ ਆ 10 ਤੋਂ 16 ਤੱਕ ਰਹੇ ਸ਼ਾਇਦ 10 ਤੋਂ 16 ਤੱਕ ਜੀ 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 ਤਾਂ ਇਸ ਤੋਂ ਬਾਅਦ ਮੈਂ ਜਰਾ ਇਧਰੋਂ ਇੱਕ ਦੋ ਕਮੈਂਟ ਦੇਖ ਲੈਣਾ ਜੀ ਤਾਂ ਇਧਰੋਂ ਰਿਸ਼ਪਾਲ ਜੀ ਆ ਇਹ ਕਹਿੰਦੇ ਕਿ ਜੀ ਇਹ ਸਮਰ ਹੈ ਜਿਹੜੇ ਕਨੇਕੇ ਐਜੇ ਤੋਂ ਉਹ ਮੈਂ ਰੱਖਨੇ ਰੇਸ ਦੇ ਵਿੱਚ ਆ ਸੀਐਮ ਸ਼ਿਪ ਦੀ ਕਹਿੰਦੇ ਕਿ ਬਈ ਕੈਂਡੀਡੇਟ ਹੈ ਕਿਨੇ ਕੇ ਪੋਸੀਬਲ ਕਿ ਨਹੀਂ ਨਹੀਂ ਮਿੰਟੂ ਜੀ ਮੈਨੇ ਤਾਂ ਨਹੀਂ ਨਹੀਂ ਚਿਹਰਾ ਤਾਂ ਦੇਖੋ ਉੱਥੇ ਸ਼ਿਵਰਾਜ ਸਿੰਘ ਚੋਹਾਂਦਈ ਆ ਜੀ ਬਾਕੀ ਜਿੱਤ ਜਾਣ ਤਾਂ ਪਤਾ ਨਹੀਂ ਕਿਉਂਕਿ ਸ਼ਿਵਰਾਜ ਸਿੰਘ ਚੋਹਾਂਦ ਨੂੰ ਤਾਂ ਰਪਲੇ ਦੇਖੋ ਭਾਜ ਆਰਐਸਐਸ ਹੈ ਨਾ ਜਿਹੜੀ ਜ਼ੋਰ ਆਰਐਸਐਸ ਸਿਰਫ ਤੇ ਸਿਰਫ ਇਹ ਦੇਖਦੀ ਆ ਕਿ ਕੌਣ ਕੰਮ ਆ ਰਿਹਾ ਜੀ ਜਿਹੜਾ ਕੰਮ ਨਹੀਂ ਆਉਣ ਵਾਲਾ ਗੇ ਜਾ ਕੇ ਉਹਨੂੰ ਸਾਈਡ ਲਾਈਨ ਤੁਸੀਂ ਕਿੰਨੇ ਮੁਰਲੀ ਮਨੋਰ ਜੋਸ਼ੀ ਤੋਂ ਲੈ ਕੇ ਤੁਸੀਂ ਕਿੰਨੇ ਲੀਡਰ ਦੇਖ ਲਓ ਇਹਨਾਂ ਦੇ ਅਡਵਾਨੀ ਅચ્છਾ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੱਕ ਪਹੁੰਚਾਇਆ ਕਿਸ ਨੇ ਅਡਵਾਨੀ ਨੇ ਤੇ ਅੱਜਕੱਲ ਕਿੱਥੇ ਅਡਵਾਨੀ ਨਾਲ ਬਗਾਨੀ ਹੋ ਗਈ ਤੁਸੀਂ ਸੋਚ ਕੇ ਵੇਖੋ ਨਾ ਜੀ ਉਹ ਇੱਥੇ ਇਹੀ ਆ ਸਾਰਾ ਕੁਝ ਆਰਐਸਐਸ ਦੀ ਦੁਨੀਆ ਬੜੀ ਇੱਕ ਕਹਿ ਲਓ ਕਿ माया है उनु समझना हर ही सारी दे बसदा रोग नहीं ਆਪਣੀਆਂ ਬਾਹਾਂ ਖੜੀਆਂ ਹੋ ਜਾਂਦੀਆਂ ਬਹੁਤ ਤਗੜੀ माया ਹੋ ਬਜ਼ੁਰ ਜੀ 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 ਤਾਂ ਇਹਦੇ ਰੋ ਕੁਲਦੀਪ ਸਿੰਘ ਘਰੇਵਾਲ ਜੀ ਕਹਿੰਦੇ ਜੀ ਕੱਲ ਨੂੰ ਸੈਮੀ ਫਾਈਨਲ ਆ ਜੀ हां कोई गल नहीं भाई सेमीफाइनल ਦਾ ਤੱਪਾ ਦੇਖੋ ਖੇਡਣ ਵਾਲਿਆਂ ਖੇਡਣਾਉਣਾ ਹੀ ਤੇ ਸਾਨੂੰ ਤੇ ਸੱਦਨੋ ਰਹੇ ਹੋ ਆਂ ਤੇ ਇੱਥੇ ਬੈਠੇ ਹੋਣਾ ਜੀ ਤੇ ਤੁਸੀਂ ਆ ਜਿਓ ਨਾਲ ਟੀਵੀ ਲਾ ਲਿਓ ਇਧਰ ਵੀ ਰੌਣਕ ਬਣੀ ਰਹੂ ਤੇ ਉਧਰ ਵੀ ਚੱਲਦਾ ਰਹੂ ਕੰਮ ਨਾਲ ਨਾਲ ਅਪਡੇਟ ਕਰੀ ਚੱਲੋ ਜੀ हां जी <laughs> हां नाल, जी हां जी ਜੀ ਜੀ ਤਾਂ ਇਧਰੋਂ ਮਿੰਟੂ ਜੀ ਆਪਾਂ ਜਰਾ ਮਾਰੀਏ ਬ੍ਰੇਕਾਂ ਕਿਉਂਕਿ ਫਿਰ ਕੱਲ सेमीफाइनल ਦੇ ਨਾਲ ਹੀ ਆਵਾਂਗੇ ਆਪਾਂ ਮੈਨ ਲੱਗਦਾ ਵੀ ਉਧਰੋਂ सेमीफाइनल ਉਹ ਦੋਨੋਂ ਚੱਲ ਪੈਣਾ ਕੰਮ ਪਟਾਕੇ ਪੈਣੇ ਸ਼ੁਰੂ ਹੋ ਜਾਣਗੇ ਉਸ ਤੋਂ ਪਹਿਲਾਂ ਬਿਲਕੁਲ ਜੀ ਜੀ ਉਹ ਦੋਨੋਂ ਤੇ ਥੋੜਾ ਥੋੜਾ ਪਤਾ ਲੱਗ ਜਾਏਗਾ ਕਿ ਕੀ ਬਣਦਾ ਜੀ ਕੋਣ ਕਿੰਨੇ ਕੁ ਪਾਣੀ ਚ ਹਾਂ ਕਿਉਂਕਿ ਦੇਖੋ ਲੀਗ ਰਿਕਾਰਡ ਚ ਦੇਖੋਗੇ ਇੰਡੀਆ ਦਾ ਬੈਸਟ ਹੈ ਤਕਰੀਬਨ 80% ਤੋਂ ਵੱਧ ਮੈਚ ਜਿੱਤ ਜਾਂਦੇ ਆਈਸੀਸੀ ਟੂਰਨਾਮੈਂਟ ਚ ਜੀ ਪਰ ਜਦੋਂ ਤੁਸੀਂ ਨਾਕਆਊਟ ਚ ਦੇਖੋਗੇ ਇਹਨਾਂ ਨੂੰ ਤਾਂ 88 84% ਮੈਚ ਹਾਰ ਜਾਂਦੇ ਨਾਕਆਊਟ ਦਾ ਇਹ ਆ ਪਿਛਲੇ 8-10 ਸਾਲ ਤੋਂ ਜ਼ਿਆਦਾ ਰਿਕਾਰਡ ਖਰਾਬ ਹੋਇਆ ਇਹਨਾਂ ਦਾ ਜੀ ਟੀਮ ਬਹੁਤ ਅੱਛੀ ਆ ਨਾਕਆਊਟ ਸਟੇਜ ਤੇ ਜਾ ਕੇ ਕਿਤੇ ਨਾ ਕਿਤੇ ਹੰਬਲੇ ਜੇ ਪੈ ਜਾਂਦੇ ਆ ਬਾਕੀ ਵੇਖੋ ਇੰਡੀਅਨ ਮਾਹੌਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਨੌਬਤ ਆਏਗੀ ਚਲੋ ਪਾਰੀ ਹੋਣਗੇ ਬੇੜੇ ਬੈਸਟ ਵਿਸ਼ੇਸ ਜੀ ਤੇ ਜੀ ਸ਼ੁਕਰੀਆਸ